ਸਤਨਾਮੁ ਵਾਹਿ ਗੁਰੂ ਜੀਓ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋ ਉਠਾ ਕਿਸ ਕੋ ਆਖੀਐ ਸ਼ਾ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸ਼ਾ ਸਭ ਤujੈ ਧਿਆਵੈ ਦਿਨ ਰਾਤ ਸਭ ਤujਹਿ ਥਾਵ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰੈ ਇਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਹੀਂ ਸਭ ਜੀ ਤੇਰੇ ਤੂੰ ਸਬਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਈ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਤੇ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੋ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ ਉਨ੍ਹਾਂ ਵਿੱਚ ਸ਼ਲੋਕ ਨੰਬਰ 11 ਤੇ 12 ਦੇ ਆਪਾਂ ਬਚਨ ਦਰਸ਼ਨ ਕਰਨੇ ਸ਼ੁਰੂ ਕੀਤੇ ਸੀ ਜਿਹਦੇ ਵਿਸਤਾਰ ਵਿੱਚ ਕੁਝ ਦਿਨ ਦੀਵਾਨਾ ਵਿੱਚ ਸਤਿਗੁਰੂ ਜੀ ਦੇ ਉਸ ਸ਼ਬਦ ਦੀ ਮਹਿਮਾ ਆਪਾਂ ਰਲ ਮਿਲ ਕੇ ਕਰ ਰਹੇ ਹਾਂ ਸਤਿਗੁਰੂ ਜੀ ਹੁਕਮ ਕਰ ਰਹੇ ਸਾਨੂੰ ਕਿ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇ ਤੇ ਉਪਜੋ ਨਾਨਕਾ ਲੀਨ ਤਾਏ ਮੈਂ ਮਾਨ ਜਿਸ ਨਿਰੰਕਾਰ ਨੇ ਪਚਾ ਪੰਜਾਂ ਤਤਾਂ ਦੀ ਦੇਹ ਬਣਾਈਏ ਉਸ ਨਿਰੰਕਾਰ ਨੂੰ ਪਿਆਰ ਕਰਕੇ ਉਹਦੇ ਵਿੱਚ ਸਮਾ ਜਾਓ ਘਟ ਘਟ ਮੈਂ ਕਰ ਜੋ ਬਸੈ ਸੰਤਨ ਕਉ ਪੁਕਾਰ ਭਈ ਹਰ ਕਿਰਦੇ ਵਿੱਚ ਇੱਕ ਪਰਮਾਤਮਾ ਵਸਦਾ ਹੈ ਇਹ ਬਚਨ ਇਤਨਾ ਵੱਡਾ ਜਿਹੜਾ ਕਿ ਜਗਤ ਵਿੱਚ ਕਦੇ ਵੀ ਕਿਸੇ ਨੇ ਇਸ ਬਚਨ ਨੂੰ ਪ੍ਰਚਾਰਿਆ ਨਹੀਂ ਤੋ ਦਾ ਪ੍ਰੈਕਟੀਕਲ ਨਹੀਂ ਸੀ ਕੀਤਾ ਸਤਗੁਰੂ ਜੀ ਨੂੰ ਤਰਸ ਆਇਆ ਇਸ ਰਚਨਾ ਤੇ 1469 ਤੋਂ ਸਮੁੱਚੀ ਮਾਨਵਤਾ ਨੂੰ ਪਿਆਰ ਕਰਨ ਵਾਲਾ ਇੱਕ ਰਸਤਾ ਬਣਾਇਆ ਪੰਥ ਬਣਾਇਆ ਜਿਸ ਪੰਥ ਤੇ ਚੱਲਣ ਵਾਲੇ ਨੂੰ ਸਿੱਖ ਕਿਹਾ ਜਾਂਦਾ ਹੈ ਜਿਹੜਾ ਸਦਾ ਹੀ ਸਿੱਖ ਦਾ ਹੈ ਕਦੇ ਦਾਵਾਨੀਂ ਕਰਦਾ ਵੀ ਜੋ ਕੁਝ ਮੈਨੂੰ ਪਤਾ ਹੈ ਬਸ ਇਹ ਠੀਕ ਹੈ ਤੇ ਬਾਕੀ ਗਲਤ ਨੇ ਇਹ ਦੀ ਸਿੱਖਣ ਵਾਲੀ ਬਿਰਤੀ ਬਣਾਈ ਗੱਲ ਕਰ ਰਹੇ ਸਾਂ ਭਈ ਹਰ ਖਿਰਦੇ ਵਿੱਚ ਜਦੋਂ ਉਹ ਵਸਦਾ ਹੈ ਤੇ ਅਸੀਂ ਫੇਰ ਹਰ ਕਿਸੇ ਨੂੰ ਪਿਆਰ ਕਿਉਂ ਨਹੀਂ ਕਰਦੇ ਬਾਬਾ ਫਰੀਦ ਸਾਹਿਬ ਤੈਥੋਂ ਤੱਕ ਬਚਨ ਕਰਦੇ ਕਹਿੰਦੇ ਦੇਖੋ ਜੇ ਤਰ ਰੱਬ ਨੂੰ ਖੁਸ਼ ਕਰਨਾ ਹੈ ਨਾ ਤੇ ਕਦੇ ਕਿਸੇ ਆਦਮੀ ਦਾ ਦਿਲ ਨਾ ਦੁਖਾਇਆ ਜੇ ਕਿਉਂਕਿ ਉਸ ਦਿਲ ਵਿੱਚ ਹੀ ਤੇ ਉਹ ਪਰਮਾਤਮਾ ਬੈਠਾ ਜਿਹਨੂੰ ਮਿਲਣ ਲਈ ਤੁਸੀਂ ਭਗਤੀ ਕਰ ਰਹੇ ਹੋ ਅਰਦਾਸਾਂ ਕਰਦੇ ਹੋ ਜੋਦੜੀਆਂ ਕਰਦੇ ਹੋ ਮਿਹਨਤਾਂ ਮਸ਼ਕਤਾਂ ਉਹ ਜਿਵੇਂ ਤੁਹਾਡੇ ਦਿਲ ਵਿੱਚ ਬੈਠਾ ਹੈ ਤੇ ਦੂਸਰੇ ਦੇ ਦਿਲ ਵਿੱਚ ਵੀ ਉਹ ਆਪ ਹੀ ਬੈਠਾ ਹੈ ਸਾਬ ਕਹਿੰਦੇ ਸਭਨਾ ਮਨ ਮਾਨਕ ਸਾਹਨ ਮੂਲ ਮਚਾਂਗਵਾ ਸਾਰਿਆਂ ਦੇ ਖਿਰਦਿਆਂ ਦੇ ਅੰਦਰ ਹਰ ਸ਼ਰੀਰ ਦੇ ਅੰਦਰ ਪਰਮਾਤਮਾ ਜਿਹੜਾ ਅਨਮੋਲ ਮੋਤੀ ਬਣ ਕੇ ਬੈਠਾ ਏ ਜੇ ਤੋ ਪਰੀਆ ਦੀ ਸਿੱਖ ਖਿਆਉ ਨਾ ਠਾਕੇ ਕਈ ਦਾ ਜੇ ਤੋ ਉਹਨੂੰ ਮਿਲਣ ਦੀ ਆਸ ਨਾ ਵੀ ਪਰਮਾਤਮਾ ਨੂੰ ਉਹਦੀ ਖੁਸ਼ੀ ਲੈਣੀ ਉਹਦੀ ਖਜੂਰੀ ਲੈਣੀ ਉਹਦੇ ਚਰਨਾਂ 'ਚ ਸਮਾਣਾ ਤੇ ਕਦੇ ਵੀ ਖਿਆਉ ਕਹਿੰਦੇ ਖਿਰਦੇ ਨੂੰ ਕਿਸੇ ਦਾ ਦਿਲ ਨਾ ਦਿਖਾਓ ਨਾ ਢਾਓ ਕਿਉਂਕਿ ਉਹਦੇ ਵਿੱਚ ਪਰਮਾਤਮਾ ਨੇ ਦੁੱਖ ਜਾਣੈ ਗੁਰੂ ਕੇ ਪਿਆਰੋ ਮੇਰੇ ਸਤਿਗੁਰੂ ਜੀ ਨੇ ਮੇਰਾ ਕੀਤੀ ਇੱਕ ਜਗ੍ਹਾ ਤੇ ਬਚਨ ਕਰਦੇ ਨੇ ਜੇ ਸਰਬ ਸੁਖਾਂ ਫਲ ਲੋੜ ਈਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਧਿਆਵੋ ਬਚਨ ਕੀਤਾ ਨਹੀਂ ਬੜਾ ਪਿਆਰਾ ਅੱਗੇ ਜਾ ਕੇ ਆਖਦੇ ਨੇ ਦੁੱਖ ਨਾ ਦੇਈ ਕਿਸੈ ਜੀਵ ਪਤ ਸਿਉਂ ਕਰ ਜਾਵੋ ਜੇ ਰੱਬ ਦੇ ਘਰ ਇੱਜ਼ਤ ਨਾਲ ਜਾਣਾ ਚਾਹੁੰਦੇ ਆ ਨਾ ਤੇ ਕਦੇ ਕਿਸੇ ਜੀਵ ਨੂੰ ਦੁੱਖ ਨਾ ਦਿਓ ਸਗੋਂ ਉਲਟਾ ਜਦੋਂ ਕਿਸੇ ਜੀਵ ਨੂੰ ਪਿਆਰ ਕਰਾਂਗੇ ਉਹ ਰੱਬ ਨੂੰ ਪਿਆਰ ਕਰਨਾ ਹੈ ਭਾਵੇਂ ਗੁਰੂ ਕੇ ਪਿਆਰਿਓ ਸਤਗੁਰੂ ਜੀ ਇਹ ਨਹੀਂ ਕਹੇਬੀ ਮਨੁੱਖ ਜਾਤੀ ਨੂੰ ਪਿਆਰ ਕਰੋ ਤੇ ਬਾਕੀ ਜੂਨਾਂ ਦੇ ਉੱਪਰ ਜੋ ਮਰਜ਼ੀ ਜ਼ੁਲਮ ਢਾਓ ਕਦੇ ਵੀ ਨਹੀਂ ਸਤਗੁਰੂ ਜੀ ਜਦੋਂ ਭਲਾ ਮੰਗਣ ਲਈ ਕਹਿੰਦੇ ਤਾਂ ਉਦੋਂ ਸਮੁੱਚੀ ਕਾਇਨਾਤ ਲਈ ਜਦੋਂ ਕਹਿੰਦੇ ਨੇ ਭਈ ਸਭਨਾ ਜੀਆਂ ਕਹਿ ਇੱਕ ਦਾਤਾ ਤੇ ਉਹ ਜੀਵ ਵਿੱਚ ਕੇਵਲ ਇਨਸਾਨ ਨਹੀਂ ਪਸ਼ੂ ਪੰਛੀ ਵੀ ਆਉਂਦੇ ਨੇ ਇੱਕ ਵਾਰ ਆ ਇੱਕ ਜ਼ਿਮੀਂਦਾਰ ਸਤਕਾਰਯੋਗ ਬਾਬਾ ਕਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਕੋਲ ਗਿਆ ਕਹਿਣ ਲੱਗਾ ਜੀ ਮੈਂ ਕਿੰਨੀ ਵਾਰ ਇਹ ਟਿਊਬਵਲ ਲਾਉਣ ਦੀ ਕੋਸ਼ਿਸ਼ ਕੀਤੀ ਪਾਣੀ ਨਹੀਂ ਨਿਕਲਦਾ ਤੇ ਮੇਰੇ ਕੋਲ ਜਦੋਂ ਪਾਣੀ ਨਹੀਂ ਤੇ ਮੈਂ ਖੇਤੀ ਨਹੀਂ ਕਰ ਸਕਦਾ ਪਾਣੀ ਤੋਂ ਬਿਨਾਂ ਕਾਦੀ ਖੇਤੀ ਇਹ ਕੰਗਾਲ ਖੁੰਦਾ ਜਾ ਰਹੀਆਂ ਦੋ ਤਿੰਨ ਵਾਰੀ ਕੋਸ਼ਿਸ਼ ਕੀਤੀ ਆਣ ਗਵਾਨ ਜਦੋਂ ਬੋਰ ਕਰਦੇ ਨੇ ਤੇ ਪਾਣੀ ਨਿਕਲਦਾ ਹੈ ਪਰ ਜਦੋਂ ਹੁਣ ਅਸੀਂ ਬੋਰ ਕਰਦੇ ਆਂ ਤੇ ਪਾਣੀ ਨਿਕਲਦਾ ਨਹੀਂ ਕਹਿ ਇਸ ਲਈ ਸਾਨੂੰ ਕੋਈ ਤਰੀਕਾ ਦੱਸੋ ਉਹਨਾਂ ਨੇ ਇਹ ਕਿਹਾ ਸੀ ਕਹਿ ਲੱਗੇ ਦੇਖ ਸਜਣਾ ਤੂੰ ਜ਼ਰੂਰ ਕਿਸੇ ਦਾ ਦਿਲ ਦੁਖਾਇਆ ਹੋਵੇਗਾ ਸੋਚ ਪਹਿਲਾਂ ਕਹਿ ਲੱਗਾ ਮੈਨੂੰ ਪਤਾ ਨਹੀਂ ਉਹਨਾਂ ਨੇ ਬਚਨ ਕੀਤੇ ਕਹਿ ਲੱਗੇ ਰੱਬ ਦੇ ਪਿਆਰਿਆਂ ਨੂੰ ਕਦੇ ਕਿਸੇ ਨੂੰ ਦੁੱਖ ਨਾ ਦੇ ਤੇ ਤੂੰ ਇੰਜ ਕਰ ਤੂੰ ਨਾ ਤੇਰੇ ਕੋਲੋਂ ਕੋਈ ਜੀ ਦੁੱਖ ਰਿਹਾ ਹੈ ਕਹਿੰਦੇ ਵੀ ਕਿਉਂ ਦੁੱਖ ਰਿਹਾ ਹੈ ਕਹਿੰਦਾ ਮੈਂ ਕਿਸੇ ਬੰਦੇ ਦਾ ਤੇ ਦਿਲ ਦੁਖਾਇਆ ਨਹੀਂ ਕਹਿੰਦੇ ਸਾਨੂੰ ਤੇ ਸਤਿਗੁਰੂ ਹੀ ਦਿਖਾ ਰਹੇ ਨੇ ਧਿਆਨ ਮਾਰ ਤੂੰ ਖਲਵਾਨ ਹੈ ਬੜ ਵਿਚਾਰਿਆਂ ਕੁਲ ਜ਼ੁਬਾਨ ਨਹੀਂ ਅੰਦਰ ਤੇ ਉਹਨਾਂ ਦਾ ਬੋਲਦਾ ਹੈ ਨਾ ਉਹ ਬਲਦਾਂ ਤੇ ਬਹੁਤ ਵਦੇਰੇ ਜ਼ਿਮੀਂਦਾਰ ਜ਼ੁਲਮ ਟਾਂਦਾ ਸੀ ਜ਼ੁਲਮ ਟਾਂਨ ਕਾਰਨ ਬਲਦਾਂ ਨੂੰ ਕੁੱਟਣਾ ਮਾਰਨਾ ਵੀ ਧਰਿਆਏ ਮਾਰਨਾ ਉਹਨਾਂ ਨੂੰ ਵੱਦ ਤੋਂ ਵੱਦ ਉਹਦੇ ਵਿੱਚ ਖੇਤਾ ਵਿੱਚ ਵਾਹਣ ਲਈ ਲੋੜ ਤੋਂ ਵੱਧ ਉਹਨਾਂ ਨੂੰ ਦੁਖੀ ਕਰਨਾ ਕਹਿੰਦੇ ਬਸ ਉਹਨਾਂ ਦੀ ਆਤਮਾ ਦੁਖੀ ਹੈ ਤੇ ਰੱਬ ਖੁਸ਼ ਨਹੀਂ ਹੈ ਜਦੋਂ ਉਹਨਾਂ ਨੂੰ ਪਿਆਰ ਕਰ ਰਬ ਤੈਨੂੰ ਪਿਆਰ ਕਰੇਗਾ ਐਸੇ ਹੀ ਕੀਤਾ ਤੇ ਫਿਰ ਪਾਣੀ ਆਇਆ ਮੇਰੇ ਕਹਿਣ ਤੋਂ ਮੁਰਾ ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਬਚਨ ਕੀਤਾ ਹੈ ਨਾ ਕਿ ਸਭਨਾ ਵਿੱਚ ਵਰਤਦਾ ਹੈ ਦੁਹੇਚ ਸਾਰੀ ਮਨੁੱਖ ਜਾਤੀ ਨਹੀਂ ਪੂਰੀ ਕਾਇਨਾਤ ਹੁੰਦੀ ਹੈ ਸਾਡਾ ਇਤਿਹਾਸ ਭਰਿਆ ਪੈ ਸਤਕਾਰਯੋਗ ਭਾਈ ਕਨਈਆ ਸਾਹਿਬ ਕੋ ਜੀ ਦ੍ਰਿਸ਼ਟੀ ਦੇ ਮਾਲਕ ਬਣਗੇ ਕਹੋਣਗੇ ਜਿਹੜੇ ਲੋਕ ਦੁਸ਼ਮਣ ਬਣ ਕੇ ਆਏ ਨੇ ਉਹਨਾਂ ਦੁਸ਼ਮਣਾਂ ਨੂੰ ਵੀ ਉਹ ਜੰਗ ਦੇ ਅੰਦਰ ਜ਼ਖਮੀ ਵੇਖਦੇ ਨੇ ਤਾਂ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਨੇ ਤੇ ਆਪਣਿਆਂ ਨੂੰ ਵੀ ਸਿੰਘਾਂ ਸ਼ਿਕਾਇਤ ਕੀਤੀ ਸਤਿਗੁਰੂ ਜੀਓ ਅਸੀਂ ਦੁਸ਼ਮਣ ਨਾਲ ਟੱਕਰ ਕਰਦੇ ਆਂ ਭਾਈ ਕਨਈਆ ਜੀ ਉਲਟਾ ਉਹਨਾਂ ਨੂੰ ਪਾਣੀ ਪਿਲਾ ਰਹੇ ਨੇ ਮਹਾਰਾਜ ਜੀ ਉਹ ਜਾਂ ਸਾਨੂੰ ਹੁਕਮ ਨਾ ਦਿਓ ਪੇ ਅਸੀਂ ਕਿਸੇ ਨੂੰ ਤੇ ਵਾਰ ਕਰੀਏ ਜਾਂ ਜਿਹੜੇ ਕਰਦੇ ਰੋਕੀਏ ਤੇ ਜੇ ਉਹਨਾਂ ਨੂੰ ਰੋਕੋ ਸਤਿਗੁਰੂ ਕਹਿੰਦੇ ਦੋਵੇਂ ਹੀ ਉਹਦੇ ਹੁਕਮ ਵਿੱਚ ਕੰਮ ਕਰ ਰਹੇ ਹੋ ਕਈ ਕਨਿਆ ਜਿਹਨੂੰ ਬੁਲਾਇਆ ਜੀ ਤੁਸੀਂ ਦੁਸ਼ਮਨਾਂ ਨੂੰ ਪਾਣੀ ਪਿਲਾਉਂਦੇ ਹੋ ਨਹੀਂ ਗਰੀਬ ਬਨਵਾ ਜਿਸ ਦਿਨ ਦਾ ਤੇਰੇ ਚਰਨਾਂ ਦੀ ਛੋਹ ਮਿਲੀਏ ਉਸ ਦਿਨ ਦਾ ਕੋਈ ਦੁਸ਼ਮਨ ਤੇ ਬਗਾਨਾ ਰਹੀ ਨਹੀਂ ਗਿਆ ਦਾਤਿਆ ਹਰ ਪਾਸੇ ਰੱਬ ਦੀ ਤੇ ਤੇਰੀ ਕੀ ਜੋਤ ਪਸੜੀ ਨਜ਼ਰ ਆ ਰਹੀਏ ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਦੂਜਾ ਨਹੀਂ ਨਜ਼ਰ ਆਉਂਦਾ ਫਿਰ ਮलमपट्टी ਵੀ ਕਰਿਆ ਕਰ ਦ੍ਰਿਸ਼ਟੀ ਉਹ ਬਣ ਕੇ ਜਿੱਥੇ ਦੂਜਾ ਪਨ ਰਹੀ ਨਹੀਂ ਜਾਂਦਾ ਭਾਈ ਕਨਈਆ ਜੀ ਕੀ ਕਰਦੇ ਸਨ ਹਿੰਦੁਸਤਾਨ ਦੇ ਲੋਕੋ 24 ਅਵਤਾਰ ਮੰਨੇ ਗਏ ਨੇ Hindu dharm mandir ਜਿਨ੍ਹਾਂ ਨੂੰ ਅਵਤਾਰਾਂ ਨੇ ਜਗਤ ਨੂੰ ਜੋੜਿਆ ਪਰਮੇਸ਼ਰ ਨਾਲ ਭਲਾ ਕੀਤਾ ਜੋ ਹਸਤੀਆਂ ਕਰਦੀਆਂ ਕਹਿਣ ਲੱਗੇ ਜੇ ਕੋਈ 24 ਅਵਤਾਰਾਂ ਚੋਂ ਇੱਕ ਅਵਤਾਰ ਦੀ ਸੇਵਾ ਕਰੇ ਤੇ ਤੁਸੀਂ ਕਹਿੰਦੇ ਹੋ ਕਿ ਰੱਬ ਖੁਸ਼ ਹੁੰਦਾ ਏ ਪਰ ਅਸੀਂ ਕਹਿੰਦੇ ਹਾਂ ਜਿੰਨੇ ਆ ਜੀਵ ਜੰਤੂ ਤੇ ਇਨਸਾਨ ਨੇ ਇਹ ਸਾਰੇ ਰੱਬ ਦੇ અવਤਾਰ ਨੇ ਕਿਸੇ ਦਾ ਵੀ ਤੁਸੀਂ ਦਿਲ ਰਾਜੀ ਕਰੋਗੇ ਪਾਪ ਦੁੱਖ ਨਾ ਦੇਓ ਪਿਆਰ ਕਰੋਗੇ ਤੇ ਰੱਬ ਤੁਹਾਡੇ ਤੇ ਬੇੰਤ ਬੇੰਤ ਖੁਸ਼ੀਆਂ ਯਾਰ ਕਰੇਗਾ ਗੁਰੂ ਕੇ ਪਿਆਰਿਓ ਇਹ ਕਾਰਨ ਸਤਗੁਰੂ ਸਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਿਹਾ ਘਟ ਘਟ ਮੈਂ ਖਰ ਜੋ ਵਸੈ ਹਰ ਹਿਰਦੇ ਅੰਦਰ ਉਹ ਵਸਦਾ ਜੇ ਪ੍ਰਬੰਧੇ ਦੀ ਆਦਤ ਏ ਇਹ ਕੇਵਲ ਸੋਚਦਾ ਮੈਨੂੰ ਹੀ ਰੱਬ ਨੇ ਖਾਕ ਦਿੱਤੇ ਤੇ ਕਿਸੇ ਦੂਸਰੇ ਨੂੰ ਨਹੀਂ ਦਿੱਤੇ ਇਹ ਸਦਕੇ ਜਾਈਏ ਸਿੱਖ ਇਤਿਹਾਸ ਨੂੰ ਜਦੋਂ ਪੜਦੇ ਆ ਨਾ 100 ਸਾਲ ਸਿੱਖ ਕੌਮ ਦੇ ਉੱਪਰ ਜ਼ਾਲਿਮਾਂ ਨੇ ਕਿਹੜਾ ਜ਼ੁਲਮ ਨਹੀਂ ਟਾਇਆ ਪਰ ਉਹਨਾਂ ਖਲਾਤਾਂ ਅੰਦਰ ਜਦੋਂ ਸਿੱਖਾਂ ਕੋਲ ਘਰ ਘਾਟ ਨਹੀਂ ਸੀ ਜਦੋਂ ਖਾਣ ਪੀਣ ਵਾਸਤੇ ਚੰਗਾ ਭੋਜਨ ਨਹੀਂ ਹੈ ਪਹਿਨਣ ਵਾਸਤੇ ਬਸਤਰ ਨਹੀਂ ਹਨ ਹਾਲਾਤ ਐਖੋ ਜੇ ਬਣੇ ਕੋਈ ਸਾਨ ਕੇਵਲ ਇੱਕ ਪੂਰਾ ਹੁੰਦਾ ਸੀ ਤਨ ਟਕਨ ਸਾਥ ਸੰਗਤ ਛੋਲੇ ਖਾ ਕੇ ਗੁਜ਼ਾਰੇ ਕਰਨੇ ਕਿਵਰ ਉਹ ਵੀ ਨਾ ਮਿਲਨੇ ਜੰਗਲ ਬੇਲਿਆਂ ਦੇ ਅੰਦਰ ਕਈ ਕਦਨ ਭੁੱਖੇ ਰਹਿ ਕੇ ਕੌਮ ਬਚਾਣੀ ਕੌਮ ਦਾ ਸਿਧਾਂਤ ਬਚਾਣਾ ਹੈਰਾਨ ਕੋਈ ਦਾ ਸਾਡੇ ਬਜ਼ੁਰਗ ਤਾਂ ਭੁੱਖੇ ਪਾਣੇ ਰਹਿ ਕੇ ਵੀ ਸਿੱਖੀ ਨੂੰ ਬਚਾਉਂਦੇ ਸਨ ਅੱਜ ਕਈ ਵਾਰਾ ਦੁਨੀਆ ਦੇ ਸਭ ਆਰਾਮ ਲੈ ਕੇ ਸਿੱਖੀ ਨੂੰ ਕੋਈ ਨਾਈ ਦੀ ਦੁਕਾਨ ਤੇ ਸੁੱਟੋਂਦਾ ਤੇ ਕੋਈ ਸ਼ਰਾਬ ਦੇ ਠੇਕੇ ਤੇ ਰੋਲ ਕੇ ਆ ਜਾਂਦਾ ਇਹ ਸਿੱਖੀ ਨਹੀਂ ਕਹੇ ਸਿੱਖੀ ਦੇ ਪਿਆਰਿਓ ਇਹਦੇ ਕੋਲੋਂ ਮਨੁੱਖਤਾ ਨੂੰ ਪਿਆਰਾਂ ਦੀ ਚਲਤ ਪੈਂਦੀ ਪਿਆਰਾਂ ਦੀ ਇਤਿਹਾਸ ਗੁਰਸਿੱਖਾਂ ਦਾ ਇੰਨਾ ਪਿਆਰਾ ਸੀ ਲੋਕ ਕਿਆ ਕਰਦੇ ਸਨ ਭਈ ਜਿਸ ਇਲਾਕੇ ਅੰਦਰ ਇੱਕ ਵੀ ਗੁਰੂ ਦਾ ਸਿੱਖ ਰਹਿੰਦਾ ਹੈ ਨਾ ਉੱਚੇ ਸਾਨੂੰ ਕਿਸੇ ਜ਼ਾਲਮ ਦਾ ਡਰ ਨਹੀਂ ਖੋਏਗਾ ਕਿਉਂਕਿ ਕਿਸੇ ਤੇ ਵੀ ਮੁਸੀਬਤ ਆਵੇ ਗੁਰੂ ਦਾ ਸਿੱਖ ਢਾਲ ਬਣ ਕੇ ਦੁਸ਼ਮਣ ਦੇ ਸਾਹਮਣੇ ਆਪ ਖਲੋਂਦਾ ਹੈ ਇਹ ਨਹੀਂ ਕਹਿੰਦਾ ਮੈਨੂੰ ਕੀ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਲੋਕੀ ਨਾ ਡਰਾਇੰਗ ਰੂਮ ਦੇ ਸੰਨਿਆਸੀ ਤੇ ਬਹਾਤਰ ਬੜੇ ਬਣੇ ਫਿਰਦੇ ਡਰਾਇੰਗ ਰੂਮ ਦੇ ਸੰਨਿਆਸੀ ਮਤਲਬ ਲੋਕਾਂ ਦੀਆਂ ਖਬਰਾਂ ਪੜਨੀਆਂ ਕਿੱਥੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਕਿੰਨੇ ਲੋਕ ਭੁੱਖੇ ਮਰ ਰਹੇ ਹਨ ਕਿੰਨੇ ਜੀਵ ਜੰਤੂਆਂ ਦੇ ਕਤਲ ਹੋ ਰਹੇ ਨੇ ਪ੍ਰਕਾਸ਼ ਉਹਨਾਂ ਨੂੰ ਕੀ ਕਹਿੰਦੇ ਜਿਹਦੇ ਅੰਦਰ ਰੱਬ ਲਈ ਤੇ ਉਹਦੀ ਰਚਨਾ ਲਈ ਪਿਆਰ ਹੈ ਉਹ ਕਦੇ ਇਹ ਸੰਿਆਸ ਦੀ ਬੋਲੀ ਨਹੀਂ ਬੋਲੇਗਾ ਸਾਨੂੰ ਕੀ ਦੁਨੀਆ ਨਾਲ ਉਹ ਸੰਿਆਸੀ ਦੁਨੀਆ ਛੱਡ ਦੇ ਸੀ ਘਰੇ ਬੈਠ ਕੇ ਜੋ ਕੋਲ ਤਾਕਤ ਤੇ ਉਹਦੀ ਵਰਤੋਂ ਨਾ ਕਰਨੀ ਉਹਦੇ ਲਈ ਯਤਨ ਨਾ ਕਰਨਾ ਪਿਆਰਿਓ ਇਹ ਵੀ ਤੇ ਮਾੜੀ ਗੱਲ ਏ ਤੋਂ ਗੱਲ ਕਰ ਰਿਹਾ ਸਾਂ ਮਹਾਰਾਜ ਜੀ ਦੇ ਗੁਰਸਿੱਖਾਂ ਨੇ ਐਕੋ ਜਿਆ ਆਚਰਣ ਦੁਨੀਆ ਨੂੰ ਦਿਖਾਇਆ ਸੀ ਐਕੋ ਜਿਆ ਕਰੈਕਟਰ ਜੀ ਕਿਦ ਕਾਇਆ ਭਈ ਸਭਨਾਂ ਨੂੰ ਪਿਆਰ ਕਿਵੇਂ ਕਰਤੇ ਨੇ ਲੋਕੀ ਆਪਣੇ ਆਪ ਨੂੰ ਸੇਵ ਸਮਝਦੇ ਸੀ ਕੋਈ ਭੁੱਖਾ ਨਹੀਂ ਰਹੇਗਾ ਜਿੱਥੇ ਗੁਰੂ ਦਾ ਸਿੱਖ ਇੱਕ ਵਸਦਾ ਹੈ ਪਿਆਰੇ ਉਪਾਜ ਤਾਰੂ ਸਿੰਘ ਸਾਹਿਬ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੇ ਵਕਤ ਭੈਣ ਉਹਨਾਂ ਦੇ ਜਦੋਂ ਕਿਉਂਕਿ ਮੈਂ ਦੱਸ ਰਿਹਾ ਸੀ ਨਾ ਹਾਲਾਤ ਸੀ ਸਿੱਖ ਹੋਣਾ ਹੀ ਗਵਰਨਮੈਂਟ ਦੀ ਨਿਗਾਹ ਦੇ ਅੰਦਰ ਇੱਕ ਬਹੁਤ ਵੱਡਾ ਕ੍ਰਾਈਮ ਸੀ ਪਾਪ ਸੀ ਜੁਰਮ ਸੀ ਇੱਕ ਵਾਰ ਭੈਣ ਇੱਕ ਉਹ ਕੱਲੀ ਜਾ ਰਹੀ ਘੋੜੇ ਤੇ ਸਵਾਰ ਸ਼ਸਤਰ ਧਾਰੀ ਏ ਅਚਾਨਕ ਮੁਗਲਾਂ ਨੇ ਵੇਖਿਆ ਕਿ ਕੱਲੀ ਏ ਤੇ ਅਸੀਂ ਆ ਵੀ 25 ਜਣੇ ਹਮਲਾ ਕਰ ਦਿਓ ਸਿੰਘਣੀ ਮਰ ਗਈ ਹਕੂਮਤ ਕੋਲੋਂ ਇਨਾਮ ਮਿਲੇਗਾ ਦੂਸਰਾ ਉਸ ਦੀ ਇੱਜ਼ਤ ਨੂੰ ਵੀ ਖਾਤ ਪਾਾਂਗੇ ਮਨ ਦੀ ਮਰਜੀ ਦੇ ਸੁੱਖ ਲਵਾਂਗੇ ਜਦੋਂ ਨੇੜੇ ਖੋਏ ਤੇ ਭੈਣ ਨੇ ਗੋਟਾ ਟੱਕਰਾ ਕੀਤਾ ਇਸ ਨੇ ਪੰਜ ਸੱਤ ਮਾਰ ਮੁਕਾਏ ਦੂਜੇ ਅਜੇ ਲੜ ਰੈ ਸੀ ਕੋ ਜਖਮੀ ਹੋਏ ਅਚਾਨਕ ਕਿ ਸਿੰਘ ਆ ਗਏ ਬਾਕੀ ਦੌੜ ਗਏ ਕੁਝ ਭੱਜ ਗਏ ਕੋ ਜਖਮੀ ਸਾਨ ਤੇ ਕੁਝ ਮਰ ਗਏ ਜਿਹੜੇ ਜਖਮੀ ਖਾਲਤ ਵਿੱਚ ਥੱਲੇ ਡਿੱਗ ਪਏ ਸੀ ਨਾ ਉਹ ਗੁਰੂ ਕੇ ਪਿਆਰੇ ਤੜਫ ਰਹੇ ਸਾਨ ਇਕਦਮ ਸਿੰਘਾਂ ਨੇ ਸਭ ਤੋਂ ਪਹਿਲਾਂ ਪਾਣੀ ਪੈਣ ਦੇ ਮੂੰਹ ਚ ਪਾਇਆ ਕਿਉਂਕਿ ਉਹਨੂੰ ਜ਼ਖਮ ਬਹੁਤ ਹੋ ਗਏ ਸੀ ਲੜਦੀ ਲੜਦੀ ਤੇ ਵਾਰ ਦੁਸ਼ਮਣਾਂ ਤੇ ਬੜੇ ਖੋਏ ਜਦੋਂ ਪਾਣੀ ਪਿਲਾਣ ਲੱਗੇ ਤੇ ਭੈਣ ਕਹਿਣ ਲੱਗੀ ਦੇਖੋ ਮੌਤ ਬਿਲਕੁਲ ਨੇੜੇ ਹੈ ਦੁਸ਼ਮਣ ਵੀ ਚਾਰ ਚ ਫੇਰੇ ਕਾਲ ਉਸ ਖਲਾਤ ਵਿੱਚ ਵੀ ਕਿ ਖੋਜਾ ਅੰਦਰੋਂ ਸ਼ਬਦ ਨਿਕਲ ਰਿਹਾ ਖਰਾਨ ਖੋਜਾਈ ਦਾ ਮਹਾਰਾਜ ਇਹਨੇ ਕੁੱਟ ਕੁੱਟ ਕੇ ਅੰਦਰ ਮਨੁੱਖਤਾ ਲਈ ਪਿਆਰ ਪਾਇਆ ਵੀ ਹਰ ਖਿਰਦੇ ਵਿੱਚ ਉਹ ਆਪ ਵਸਦਾ ਜੇ ਕਹਿਣ ਨੂੰ ਤਾਂ ਹਰ ਕੋਈ ਕਹਿ ਲੇਗਾ ਪ੍ਰੈਕਟੀਕਲ ਕਰਕੇ ਸਤਿਗੁਰੂ ਦੇ ਪਿਆਰਿਆਂ ਨੇ ਦਿਖਾਇਆ ਹੈ ਹੋਇਆ ਕਿ ਤਾਂ ਹੀ ਕੇਵਲ ਸਿਆਣਕ ਕਹਿੰਦੇ ਨੇ ਦੁਨੀਆ ਵਾਲਿਓ ਤੁਸੀਂ ਕੇਵਲ ਇੱਕ ਦੋ ਮੰਡੇਲਾ ਤੇ ਮਦਰ ਟ੍ਰੇਸਾ ਨੂੰ ਜਾਣਦੇ ਹੋ ਤੁਸੀਂ ਇੱਕ ਦੋ ਹਸਤੀਆਂ ਨੂੰ ਭਗਤਪੂਰਨ ਸਿੰਘ ਸਾਹਿਬ ਦੀ ਜਿਵੇਂ ਕੋਈ ਨਹੀਂ ਭਗਵੰਤ ਸਿੰਘ ਜੀ ਦੀ ਦਲਾਵਰੀ ਕੋਈ ਨਹੀਂ ਲੱਗੇ ਚਿਕ ਹਜ਼ਾਰਾਂ ਹੀ ਐਖੋ ਜਨੇ ਪੂਰਾ ਜੀਵਨ ਹੀ ਜਿਨ੍ਹਾਂ ਨੇ ਇਸ ਦੁਨੀਆ ਦੇ ਭਲੇ ਲਈ ਲਾਇਆ ਕੋਇਆ ਹਾਂ ਕੁਝ ਖਸਤੀਆਂ ਸਤਕਾਰਯੋਗ ਉਹਨਾਂ ਦੇ ਨਾਂ ਇਤਿਹਾਸ ਵਿੱਚ ਆ ਜਾਂਦੇ ਨੇ ਪਰ ਗੁਰੂ ਕੇ ਸਿੱਖਾਂ ਦੇ ਇਤਿਹਾਸ ਤਾਂ ਇਨਾ ਭਰਿਆ ਪਿਆ ਹੈ ਹਰ ਸਿੱਖ ਦੇ ਕੋਲ ਹੀ ਮਨੁੱਖਤਾ ਨੂੰ ਪਿਆਰਾਂ ਦੀ ਮਿੱਠੀ ਪਿਆਰੀ ਖੁਸ਼ਬੂ ਤੇ ਠੰਢੜੀ ਕਵਾ ਆਉਂਦੀ ਰਹੇ ਤੇ ਆਉਂਦੀ ਰਹੇ ਕਿ ਸਦਾਈ ਸਤਗੁਰੂ ਮੇਰਾ ਕਰਨ ਕਦੇ ਸਾਡੇ ਵੱਲੋਂ ਦੁਸ਼ਵੈਸ਼ ਦੀ ਅੱਗ ਤੇ ਤੱਤੀ ਬਾਹਾਂ ਦੁਨੀਆ ਨੂੰ ਜਾਵੇ ਦੁਨੀਆ ਤੱਤੀਆਂ ਖਵਾਵਾ ਚੁਲਾਂਦੀ ਏ ਸਾਨੂੰ ਸਾੜਨ ਲਈ ਪਰ ਸਿੱਤਾਂ ਵੀ ਦੁਨੀਆ ਦਾ ਭਲਾ ਮੰਗਣਾ ਏ ਭਲਾ ਕਰਾਂਗੇ ਕਿਉਂਕਿ ਸਾਡਾ ਸਿਧਾਂਤ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਨਾ ਫਰੀਦਾ ਜੋ ਤੈ ਮਹਰਣ ਮੁਕੀਆਂ ਤਿਨਾਂ ਨ ਮਾਰੇ ਕੁੰਮ ਆਪਣੜੇ ਕਰ ਜਾਹੀਏ ਪੈਰ ਤਿੰਨਾ ਦੇ ਚੁੰਮ ਪਿਆਰ ਕਰਾਂਗੇ ਜਦ ਭੈਣ ਦੇ ਮੂੰਹ ਚ ਪਾਣੀ ਪਾਣ ਲੱਗੇ ਹਾਲਾਤ ਉਏ ਨਹੀਂ ਗੁਰੂ ਕੇ ਸਿੱਖਾਂ ਕੋਲ ਘਰ ਕਾਟ ਨਹੀਂ ਜੰਗਲ ਬੇਲਿਆਂ ਚ ਰਹਿਣਾ ਜਿਸ ਇਲਾਕੇ ਵਿੱਚ ਕਿਦਰੇ ਰਹਿੰਦੇ ਲੋਕ ਪਿਆਰ ਕਰਦੇ ਪਰ ਹਕੂਮਤਾਂ ਤੋਂ ਡਰਦੇ ਉਹ ਵੀ ਨਾ ਕੁਝ ਕਰ ਸਕਦੇ ਜਦ ਉਸ ਭੈਣ ਤੇ ਖਮਲਾ ਹੋਇਆ ਜਖਮੀ ਖਾਲਤ ਵਿੱਚ ਦੁਸ਼ਮਣ ਵੀ ਸਹਿ ਕਰੈ ਨਹੀਂ ਤੇ ਭੈਣ ਵੀ ਗੁਰਸਿੱਖਾਂ ਨੇ ਪਾਣੀ ਪੈਣ ਦੇ ਮੂੰਹ 'ਚ ਪਾਣ ਲੱਗੇ ਭੈਣ ਕਹਿੰਦੀ ਨਹੀਂ ਆਹ ਜਿਹੜੇ ਵੀਰ ਤੜਫ ਰਹੇ ਨਹੀਂ ਪਹਿਲਾਂ ਇਹਨਾਂ ਦੇ ਮੂੰਹ 'ਚ ਪਾਣੀ ਭਾਓ ਸਿੰਘ ਕਹਿੰਦੇ ਪੈਣੀ ਤੇਰੇ ਵੀਰ ਨਹੀਂ ਦੁਸ਼ਮਣ ਨੇ ਨਾ ਮੇਰੇ ਵੀਰ ਉਹ ਦੁਸ਼ਮਣ ਉਦੋਂ ਸੀ ਜਦੋਂ ਉਹਨਾਂ ਨੇ ਕਮਲਾ ਕੀਤਾ ਹੁਣ ਡਿੱਗੇ ਪਏ ਨੇ ਇਹਨਾਂ ਕੋਲ ਕੋਈ ਤਾਕਤ ਨਹੀਂ ਹੈ ਅਨਾਥ ਨੇ ਇਨਾਂ ਵਿੱਚ ਵੀ ਤਾਂ ਉਹੀ ਵਰਤਦਾ ਜਿਹੜਾ ਮੇਰੇ ਵਿੱਚ ਵਰਤ ਰਿਹਾ ਹੈ ਮੈਨੂੰ ਜ਼ਖਮੀ ਖਾਲਤ ਵਿੱਚ ਪਾਣੀ ਦੀ ਲੋੜ ਹੈ ਤੇ ਇਹਨਾਂ ਨੂੰ ਵੀ ਲੋੜ ਹੈ ਉਹ ਸੁਣ ਰਹੇ ਨੇ ਕੋਲ ਜਦੋਂ ਵੀਰਾਂ ਨੇ ਪਾਣੀ ਦੁਸ਼ਮਨਾ ਦੇ ਮੂੰਹ 'ਚ ਪਾਇਆ ਬਾਅਦ ਵਿੱਚ ਭੈਣ ਨੂੰ ਪਿਲਾਇਆ ਉਹਨਾਂ 'ਚ ਜਾਨ ਆਈ ਰੋਹ ਪੈ ਸ਼ਸਤਰ ਸੁੱਟ ਕੇ ਹੱਥ ਜੋੜ ਕੇ ਕਹਿੰਦੇ ਹੱਦ ਹੋ ਗਈ ਏ ਕਿਸ ਮਿੱਟੀ ਦੇ ਤੁਹਾਨੂੰ ਸਤਿਗੁਰੂ ਜੀ ਨੇ ਬਣਾ ਦਿੱਤਾ ਹੈ ਕਿਹੜੇ ਪਿਆਰੇ ਉੱਚੇ ਬੋਲ ਇਸ ਬੀਬਾ ਨੇ ਬੋਲੇ ਨੇ ਜਿਸ ਬੀਬਾ ਨੂੰ ਅਸੀਂ ਖਤਮ ਕਰਨ ਆਏ ਜਿਸ ਬੀਬਾ ਦੀ ਇੱਜ਼ਤ ਨੂੰ ਹੱਥ ਪਾਣ ਦੇ ਨiyet ਨਾਲ ਅਸੀਂ ਕਮਲੇ ਕੀਤੇ ਉਸ ਬੀਬਾ ਕੋਲ ਇਨੀ ਤਾਕਤ 25 30 ਦਾ ਪਹਿਲੀ ਗੱਲ ਟੱਕਰਾ ਕਰਨਾ ਫੇਰ ਜ਼ਖਮੀ ਹਾਲਤ ਵਿੱਚ ਉਹ ਦੁਸ਼ਮਨਾ ਵਿੱਚੋਂ ਵੀ ਆਪਣਾ ਵੀਰ ਦੇਖ ਰਹੀ ਏ ਅਸੀਂ ਵੀਰਾਂ ਵਿੱਚੋਂ ਭੈਣਾ ਵਿੱਚੋਂ ਹੀ ਦੁਸ਼ਮਨਾ ਨੂੰ ਤੱਕ ਰਹੇ ਆ ਕਹਿਣ ਲੱਗੇ ਅੱਜ ਤੋਂ ਬਾਅਦ ਕਮਾਲ ਦੀ ਖੇੜ ਵਰਤਦੀ ਏ ਕਹਿਣ ਲੱਗੇ ਤੁਹਾਡੇ ਇਸ ਪੈਣ ਇਹ ਬੋਲ ਨੇ ਸਾਡੇ ਅੰਦਰੋਂ ਦੁਸ਼ਮਣੀ ਮੁਕਾ ਦਿੱਤੀ ਕਹਿ ਅੱਜ ਤੋਂ ਬਾਅਦ ਸਾਨੂੰ ਸਿੱਖੀ ਵਿੱਚ ਲੈ ਚੱਲੋ ਅਸੀਂ ਵੀ ਐਖੋ ਜਿਹਾ ਜੀਵਨ ਜਿਉਣਾ ਚਾਹੁੰਨੇ ਆ ਸਿੰਘ ਸਖ ਜਾਂਦੇ ਨੇ ਹੋਰ ਤੇ ਕੋਈ ਕਾਰਨ ਨਹੀਂ ਸੀ ਜਦੋਂ ਸਿੱਖ ਹੋਣਾ ਗਵਰਨਮੈਂਟ ਦੀ ਨਿਗਾਹ ਵਿੱਚ ਜੁਰਮ ਸੀ ਤੇ ਤਾਂ ਵੀ ਹਿੰਦੂ ਮੁਸਲਮਾਨ ਸਿੱਖ ਬਣਦੇ ਕਨ ਅਮਰਿਤ ਛੱਕ ਦੇ ਸਿੰਘ ਸਾਜਦੇ ਬੱਚੀਆਂ ਛੱਕਦੀਆਂ ਤੇ ਛੱਕੇ ਇੱਕ ਨਾਮ ਉਹ ਗੁਣ ਆ ਜਾਂਦੇ ਜਿਹੜੇ ਸਤਿਗੁਰੂ ਜੀ ਨੇ 200 ਪਿਆਰਿਓ 39 ਸਾਲ ਲਾ ਕੇ ਮਨੁੱਖਤਾ ਨੂੰ ਦਿੱਤੇ ਸਨ ਇਹ ਉਦਾਰਨ ਸਪਸ਼ਟ ਕਰਾ ਮਾਤ ਪਰ ਇੱਕ ਵਿਦਵਾਨ ਕੋ ਆਏ ਉਸ ਨੂੰ ਪੁੱਛਿਆ ਗਿਆ ਇਹ ਭੋਜਨ ਉਹਨਾਂ ਦਾ ਨਾਮ ਸੀ ਤੇ ਖਰੀ RAM ਗੁਪਤਾ ਵੀ ਇਹ ਸਾਰੇ ਵਿਦਵਾਨ ਜਿਹਨਾਂ ਸਾਡਾ ਇਤਿਹਾਸ ਲਿਖਿਆ ਇਹ ਹਰੀ ਰਾਮ ਗੁਪਤਾ ਦੇ ਇੱਕ ਬੋਲ ਸਾਂਝਾ ਕਰਦਾ ਉਹਨਾਂ ਨੇ ਲਿਖਿਆ ਕਹਿੰਦੇ ਮੈਨੂੰ ਲੋਕ ਪੁੱਛਦੇ ਨੇ ਕਰਾਮਾਤ ਕਿੰਨੂੰ ਕਹਿੰਦੇ ਨੇ ਤੇ ਮੇਰਾ ਇੱਕੋ ਜਵਾਬ ਹੁੰਦਾ ਏ ਸਿੱਖ ਇਤਿਹਾਸ ਪੜ੍ਹ ਕੇ ਵੇਖ ਲਵੋ ਬਸ ਇਹ ਕਰਾਮਾਤ ਹੁੰਦੀ ਏ ਉਹਦਾ ਕੀ ਕਹਿਣ ਦਾ ਮੁਰਾਦ ਸੀ ਇੰਨੇ ਖਲਾਤ ਮਾੜੇ ਖੋਣ ਤੇ ਉਹਨਾਂ ਦੇ ਕੋਲੋਂ ਫਿਰ ਵੀ ਉਹ ਮਨੁੱਖਤਾ ਨੂੰ ਪਿਆਰ ਕਰਨ ਵਾਲਾ ਸਿਧਾਂਤ ਨਾ ਛੁੱਟੇ ਇੱਕਦਮ ਜਿਹੜੇ ਦੁਸ਼ਮਣ ਵੀ ਦੁਸ਼ਮਣੀ ਛੱਡ ਕੇ ਉਹ ਸਿੱਖੀ ਵਿੱਚ ਆ ਜਾਂਦੇ ਇਹ ਕਰਾਮਾਤ ਨਹੀਂ ਉਹਨਾਂ ਕੋਲ ਕਰਕਾਟ ਨਹੀਂ ਦੂਸਰੇ ਤੇ ਖਮਲਾ ਹੁੰਦਾ ਤੇ ਉਹਦੇ ਲਈ ਜਾਨਵਾਰ ਦੇਣੀਆਂ ਇਹ ਕਰਾਮਾਤ ਨਹੀਂ ਆਪ ਭੁੱਖੇ ਰਹਿਣ ਕਿਸੇ ਦੂਸਰੇ ਨੂੰ ਭੁੱਖੇ ਨਾ ਸੌਣ ਦੇਣਾ ਕੀ ਇਹ ਕਰਾਮਾਤ ਨਹੀਂ ਕਿਸੇ ਦਾ ਰੋਗ ਵੇਖ ਕੇ ਉਹਦੇ ਰੋਗੀ ਲਈ ਜਾਨ ਤੇ ਦੇਣੀ ਕਰਾਮਾਤ ਨਹੀਂ ਪਿਆਰੇ ਕਨਾਂ ਬਜ਼ੁਰਗ ਕੋਈ ਨਹੀਂ ਸਾਡੀ ਮਹਾਪੁਰਖ ਹੈ ਬੜੇ ਉੱਚ ਕੋਟੀ ਦੇ ਉਹਨਾਂ ਦੀ ਤੰਨਾ ਵਿੱਚ ਆਵਾਜ਼ ਪੈ ਲੋ ਕਿ ਉਹਨਾਂ ਨੂੰ ਬਾਬਾ ਖੁਦਾ ਸਿੰਘ ਜੀ ਕਹਿੰਦੇ ਸੀ ਖੁਦਾ ਦੀ ਬੰਦਗੀ ਕਰਨ ਵਾਲੇ ਨਾਮ ਤੇ ਗੁਰਬਖਸ਼ ਸਿੰਘ ਸੀ ਪਰ ਖੁਦਾ ਹਰ ਜਰਰੇ ਵਿੱਚੋਂ ਵੇਖਣ ਕਰਕੇ ਨਾਮ ਖੁਦਾ ਸਿੰਘ ਪੈ ਗਿਆ ਇੱਕ ਦਿਨ ਅੰਮ੍ਰਿਤ ਵੇਲੇ ਬੈਠੇ ਸੀ ਤੇ ਇੱਕ ਮਾਈ ਦੇ ਬਹੁਤ ਰੋਣ ਚੀਕਣ ਦੀ ਆਵਾਜ਼ ਆਈ ਉੱਠ ਕੇ ਤੁਰ ਪੈ ਕੋ ਰੱਬ ਦਾ ਜੀਵ ਦੁਖੀ ਓ ਇਹ ਨਹੀਂ ਮੇਰੀ ਬੰਦਗੀ ਚ ਫਰਕ ਪੈਂਦਾ ਜੋਗੀਆਂ ਵਾਂਗੂ ਸੰਨਿਆਸੀਆਂ ਵਾਂਗੂ ਨਹੀਂ ਕੋਈ ਦੁਖੀ ਏ ਜਾਉ ਉਹਦਾ ਦੁੱਖ ਦੂਰ ਕਰਨ ਲਈ ਆਪਣੇ ਵੱਲੋਂ ਕੁਝ ਕੋਸ਼ਿਸ਼ ਕਰੀਏ ਤੁਰੇ ਗਏ ਤੁਰੇ ਗਏ ਆਵਾਜ਼ ਸੀ ਰਾਤ ਸਿਨ ਦੂਰਵਾਰੀ ਝੌਪੜੀਆਂ ਸੰ ਗਰੀਬਾਂ ਦੀਆਂ ਉੱਥੇ ਗਏ ਇੱਕ ਮਾਤਾ ਕੁਰਲਾ ਰਹੀ ਏ ਪੁੱਛਿਆ ਮਾਂ ਕੀ ਗੱਲ ਤੂੰ ਇਤਨਾ ਕਿਉਂ ਚੀਕ ਚਿਖਾੜਾ ਪਾਇਆ ਏ ਜੀ ਮੇਰੇ ਪੈਰ ਵਿੱਚ ਫੋੜਾ ਹੈ ਫੋੜਾ ਇਹਨਾਂ ਦੁੱਖ ਦੇ ਰਿਹਾ ਹੈ ਮਰ ਗਈਆਂ ਇਹਦਾ ਕੋਈ ਇਲਾਜ ਨਹੀਂ ਖੋ ਰਿਆਂ ਰੋਵਾ ਨਾ ਚੀਕਾ ਨਾ ਤੇ ਕੀ ਕਰਾਂ ਅਮੀਰਾਂ ਕੋਲ ਪੈਸੇ ਸੋ ਇਲਾਜ ਕਰਨ ਸਾਡਾ ਤੇ ਇਲਾਜ ਵੀ ਰੱਬ ਨਹੀਂ ਕਰਣਾ ਕਿਉਂਕਿ ਸਾਡੇ ਕੋਲ ਕੁਛ ਕਹਿ ਨਹੀਂ ਸਿੱਕਦੇ ਦੌੜ ਭੱਜ ਕਰੀਏ ਉਡੀਕ ਦੀਆਂ ਰੋ ਕੇ ਅੱਜ ਨਹੀਂ ਕੱਲ ਨੂੰ ਉਹਦਾ ਰੱਬ ਦੀ ਮਰਜ਼ੀ ਹੈ ਇਹਨੂੰ ਦੂਰ ਕਰ ਦੇਵੇ ਜਾ ਨਾ ਕਰੇ ਸਾਡਾ ਤੇ ਉਹੀ ਆਸਰਾ ਹੈ ਬਾਬਾ ਖੁਦਾ ਸਿੰਘ ਜੀ ਵੇਖਦੇ ਨੇ ਪੈਰ ਨੂੰ ਵੀ ਪੀਕ ਭਰੀ ਪਈ ਏ ਕਹਿਣ ਲੱਗੀ ਮਾਤਾ ਇਹਨੂੰ ਦਬਾ ਕੇ ਪੀ ਕੱਢਦੀ ਏ ਗੰਦਗੇ ਤੇ ਰਾਮ ਆ ਜਾਏਗਾ ਕਹਿੰਦੇ ਖੱਤ ਨਹੀਂ ਲਾ ਜਾਂਦਾ ਸੋਜ ਸੇ ਬਹੁਤ ਖੱਤ ਲਾਣੀ ਤੇ ਦਰਦ ਖੁੰਦਾ ਤੁਸੀਂ ਨਾ ਲਾਇਓ ਕਹਿਣ ਲੱਗੇ ਨਹੀਂ ਆਪਣੇ ਮੂੰਹ ਨਾਲ ਨਾ ਬੁੱਲਾਂ ਨਾਲ ਖੋਲੀ-ਖੋਲੀ ਦਬਾ ਕੇ ਉਹ ਸਾਰਾ ਗੰਦ ਚੂਸ ਕੇ ਬਾਹਰ ਸੁੱਟ ਦਿੱਤਾ ਮਾਈ ਨੂੰ ਆਰਾਮ ਆ ਗਿਆ ਉਹ ਘਰਾਂ ਸਾਡੇ ਗਰੀਬਾਂ ਦੇ ਕੋਲ ਤੇ ਕੋਈ ਦਿਨ ਹੀ ਨਹੀਂ ਟਿਕਦਾ ਰਾਤਾਂ ਨੂੰ ਆਉਣ ਵਾਲਾ ਕੌਣ ਕੋਈ ਦੂਰੋਂ ਨਹੀਂ ਗੱਲ ਕਰਦਾ ਇਹ ਗੰਦਗੀ ਵਾਲਾ ਫੋੜਾ ਮੂੰਹ ਚ ਪਾ ਕੇ ਪੀ ਕੱਢ ਰਾਇ ਨੇ ਕਹਿਣ ਲੱਗੇ ਬਾਬਾ ਤੇਰਾ ਕਿੰਨਾ ਕੁ ਸ਼ੁਕਰਗੁਜ਼ਾਰ ਕਰਾਂ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿੰਨਾ ਕੁ ਤੇਰੇ احسان ਚਲੇ ਦੱਪੀ ਗਈਆਂ ਸਾਡੇ ਗਰੀਬਾਂ ਤਿਤਨਾ ਪਰ ਉਪਕਾਰ ਬਾਬਾ ਖੁਦਾ ਸਿੰਘ ਕਹਿਣ ਲੱਗੇ ਪੈਣੀ ਮਾਤਾ ਤੇਰੇ ਤੇ ਨਹੀਂ ਤੇਰੇ ਵਿੱਚ ਵੀ ਉਹੀ ਵਸਦਾ ਜੋ ਮੇਰੇ ਵਿੱਚ ਵਸਦਾ ਮੈਂ ਤੇਰੀ ਸੇਵਾ ਨਹੀਂ ਤੇਰੇ ਅੰਦਰ ਵਸਦੇ ਖੁਦਾ ਦੀ ਸੇਵਾ ਕਰ ਰਿਹਾ ਵਾਂ ਤੇਰੇ ਵਿੱਚ ਵੀ ਉਹੀ ਏ ਉਹਦਾ ਸਿਰ ਝੁੱਕਦਾ ਏ ਉਹ ਆਪਣੇ ਦਿਲ ਵਿੱਚੋਂ ਪਿਆਰ ਦੇ ਖੰਝੂਆਂ ਨਾਲ ਜਦੋਂ ਅਸੀਸਾਂ ਦੇਂਦੀ ਏ ਬਾਬਾ ਖੁਦਾ ਸਿੰਘ ਜੀ ਹੋਰ ਖੁਦਾ ਇਨੇੜਿਕ ਹੋ ਜਾਂਦੇ ਨੇ ਇਹ ਕਰਾਮਾਤਾਂ ਨੇ ਮੇਰੇ ਸਤਿਗੁਰੂ ਜੀ ਨੇ ਜੋ ਕਿਰਪਾ ਕੀਤੀ ਪਿਆਰੇ ਜਿਹੜੇ ਬਚਨ ਕਹਿਣ ਨਾ ਭਈ ਘਟ ਘਟ ਮੈਂ ਕਰ ਜੂਬ ਸਹਿ ਸੰਤਨ ਕਉ ਪੁਕਾਰ ਘਟ ਘਟ ਵਿੱਚ ਉਹ ਵਸਦਾ ਕਹਿੰਦੇ ਨਹੀਂ ਗੁਰੂ ਕੇ ਸਿਖ ਕਰਕੇ ਦਿਖਾ ਰਹੇ ਨੇ ਹਰ ਮਨੁੱਖ ਕਰੇ ਹਰ ਕਿਸੇ ਵਿੱਚ ਉਹਨੂੰ ਦੇਖ ਕੇ ਕਦੇ ਕਿਸੇ ਨੂੰ ਦੁੱਖ ਨਾ ਦੇਈਏ ਪ੍ਰੇਮ ਕਰੀਏ ਤੇ ਪ੍ਰੇਮ ਜਦੋਂ ਕਰਨਾ ਇਹ ਨਹੀਂ ਵੀ ਕੁਝ ਕੁ ਆਪਣੇਆਂ ਨੂੰ ਕਰਨਾ ਤੇ ਦੂਸਰਿਆਂ ਨੂੰ ਨਹੀਂ ਸਤਿਗੁਰੂ ਜੀ ਕੜੀ ਮੋੜੀ ਗੁਰਬਾਣੀ ਵਿੱਚ ਨਾ ਸਾਡੇ ਮੂੰਹ ਵਿੱਚ ਇੱਕੋ ਹੀ ਗੱਲ ਪਾਉਂਦੇ ਨੇ ਕਿਦਰੇ ਕਹਿੰਦੇ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੈ ਧਿਆਵੇਂ ਦਿਨ ਰਾਤ ਕਹਿੰਦੇ ਸਾਰਿਆਂ ਵਿੱਚ ਪ੍ਰਮਾਤਮਾ ਤੂੰ ਹੀ ਵਰਤ ਰਿਐ ਸਾਰੇ ਤੈਨੂੰ ਧਿਆਉਂਦੇ ਨੇ ਸਭ ਤੁਝ ਹੀ ਥਾਮੂ ਮੰਗਦੇ ਮੇਰੇ ਸ਼ਾਖਾ ਤੂੰ ਸਭਨਾ ਕਰੇ ਇੱਕ ਦਾਤ ਸਾਰੇ ਤੁਹਾਡੇ ਜੀ ਤੁਹਾਡੇ ਕੋਲ ਮੰਗਦੇ ਨੇ ਜਿਹਦੇ ਕੋਲ ਮੈਂ ਮੰਗਦਾ ਤੂੰ ਸਾਰਿਆਂ ਨੂੰ ਇੱਕੋ ਦਾਤ ਦੇਣਾ ਏ ਤੂੰ ਮੇਰੇ ਕਹਿਨ ਤੂੰ ਮੁਰਾਦ ਗੁਰੂ ਕੇ ਪਿਆਰਿਓ ਕਟਕਟ ਵਿੱਚ ਵਸਦਾ ਇਨੀ ਮੁਸ਼ਕਲ ਦੇ ਸਮੇਂ ਵਿੱਚ ਵੀ ਗੁਰੂ ਕੇ ਸਿੱਖ ਇਹ ਮਨੁੱਖਤਾ ਨੂੰ ਪਿਆਰ ਕਰਨਾ ਛੱਡਦੇ ਨਹੀਂ ਇਤਿਹਾਸ ਕਰ ਕਹਿੰਦੇ ਕਰਾ ਮਾਤਾ ਨਹੀਂ ਪਰਤਖ ਮਹਾਰਾਜਾ ਰਣਜੀਤ ਸਿੰਘ ਏਲੇ ਜਦੋਂ ਖੁਣ ਰਾਜ ਮਿਲਿਆ ਨਿਰੰਕਾਰ ਇਹ ਮੌਕਾ ਦਿੱਤਾ ਪਿਆਰ ਅੱਜ ਤੱਕ ਦੁਨੀਆ ਵਿੱਚ ਕੋਈ ਮੁਲਕ ਨਹੀਂ ਐਖੋ ਜਿਆ ਐਖੋ ਜਿਆ ਕੋ ਰਾਜਾ ਬਾਦਸ਼ਾਹ ਨਹੀਂ ਹੋਇਆ ਜਿਹਦੇ ਰਾਜ ਦੇ ਅੰਦਰ ਉਹ ਜਦੋਂ ਕੋਈ ਕੋਈ ਮਾੜਾ ਕਰਮ ਕਰਦਾ ਨੂੰ ਸਜ਼ਾਵਾ ਦੇਣੀ ਆ ਹੁੰਦੀਆਂ ਨੇ ਭਈ ਉਹ ਸਜ਼ਾ ਦੇ ਵਿੱਚ ਫਾਂਸੀ ਦੀ ਸਜ਼ਾ ਨਾ ਹੋਵੇ ਇੱਕੋ ਇੱਕ ਮਹਾਰਾਜਾ ਰਣਜੀਤ ਸਿੰਘ ਸਾਹਿਬੇ 40 ਸਾਲ ਤੇ ਰਾਜ ਅੰਦਰ ਉਹਨੇ ਇੱਕ ਵੀ ਆਦਮੀ ਨੂੰ ਫਾਂਸੀ ਤੇ ਨਹੀਂ ਚੜਾਇਆ ਗੁਨਾਹ ਵੱਡੇ ਵੱਡੇ ਕੋਏ ਉਹਨੂੰ ਜੇਲ੍ਹ ਵਿੱਚ ਪਾ ਦਿਓ ਹੋਰ ਸਜ਼ਾਾਂ ਦੇ ਦਿਓ ਪਰ ਦੇ ਚ ਇੱਕ ਮੌਕਾ ਫਿਰ ਵੀ ਰੱਖ ਲੋ ਜੇ ਕੱਲ ਨੂੰ ਉਹਦਾ ਸੁਭਾਅ ਬਦਲ ਕੇ ਮਨੁੱਖਤਾ ਦੀ ਸੇਵਾ ਕਰਦਾ ਇਨਸਾਨੀਅਤ ਆਉਂਦੀ ਏ ਤੇ ਉਸ ਨੂੰ ਇਹ ਮੌਕਾ ਮਿਲੇਗਾ ਜੇ ਮਾਰ ਹੀ ਦਿੱਤਾ ਤੇ ਉਸ ਦਾ ਮੌਕਾ ਗਵਾਚ ਗਿਆ ਤੋ ਕਿ ਮਨੁੱਖਾ ਜਨਮ ਪਤਾ ਨਹੀਂ ਕਿੰਨੇ ਕੋ ਜੁਗਾਂ ਬਾਅਦ ਨਿਰੰਕਾਰ ਕਿਸੇ ਨੂੰ ਦਿੰਦਾ ਏ ਪਿਆਰਿਓ ਸਭਨਾਂ ਲਈ ਫਿਰ ਤੁਸੀਂ ਵੇਖੋ ਉਸ ਰਾਜ ਅੰਦਰ ਧਰਮ ਦੇ ਨਾਂ ਤੇ ਵਿਤਕਰਾ ਨਹੀਂ ਜਾਤ ਦੇ ਆਧਾਰ ਤੇ ਰੰਗਾਂ ਦੇ ਨਾਂ ਤੇ ਕੋਈ ਵਿਤਕਰਾ ਨਹੀਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਅੰਦਰ अनेका ਮੁਸਲਮਾਨ ਵੀਰ ਵੀ ਨੇ ਹਿੰਦੂ ਵੀਰ ਵੀ ਨੇ ਯੂਰਪ ਤੋਂ ਆ ਕੇ ਪਿਆਰਿਓ ਤੇ ਅੰਗਰੇਜ਼ ਲੋਕਾਂ ਵੱਲੋਂ ਵੀ ਉਹ ਵੀ ਆ ਕੇ ਚ ਨੌਕਰੀਆਂ ਕਰਦੇ ਨੇ ਤੇ ਮਹਾਰਾਜਾ ਸਭਨਾਂ ਦੇ ਧਰਮਾਂ ਦਾ ਵੀ ਸਤਿਕਾਰ ਕਰਦਾ ਹੈ ਕੋਲੋਂ ਪੈਸਾ ਦੇ ਕੇ ਮਸੀਤਾਂ ਬਣਵਾ ਰੇ ਇਹ ਮੰਦਿਰ ਬਣਵਾ ਰ ਇਹ ਗੁਰੂ ਘਰ ਬਣ ਰ ਇਹਨਾਂ ਚਰਚਾਂ ਵਾਸਤੇ ਪੈਸਾ ਦੇ ਰਿਆ ਏ ਇਹ ਸਭਨਾਂ ਨੂੰ ਵੱਧ ਦੇ ਫੁੱਲ ਦੇ ਤੱਕਣਾ ਇਹ ਮਹਾਰਾਜਾ ਰਣਜੀਤ ਸਿੰਘ ਹੀ ਕਰ ਸਕਦਾ ਹੈ ਦੂਸਰਿਆਂ ਨੂੰ ਪਿਆਰੋ ਇਤਨਾ ਮਾਣ ਦੀ ਨਾ ਜਨਰਲ ਵੈਂਟੂਰਾ ਵਰਕੇ ਜਿਹੜੇ ਕਿ ਯੂਰਪ ਵਿੱਚੋਂ ਇਟਲੀ ਤੋਂ ਗਏ ਨੈਪੋਲੀਅਨ ਕੋਲਸਨ ਪਹਿਲਾਂ ਉਹਦੀ ਖਾਰ ਤੋਂ ਬਾਅਦ ਈਰਾਨ ਵਿੱਚ ਗਏ ਉਹ ਤੋਂ ਖਬਰ ਮਿਲੀ ਪਈ ਸਭ ਤੋਂ ਵਧੀਆ ਰਾਜ ਤੇ ਦੁਨੀਆ 'ਚ ਕੋਈ ਚੱਲ ਰਿਆ ਤੇ ਉਹ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਵਾਕਏ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਗਏ ਇਹਨਾਂ ਦੀ ਲਿਆਕਤ ਦਾ ਪਤਾ ਲੱਗਾ ਉਹਨੂੰ ਪਰਖਣ ਤੋਂ ਬਾਅਦ ਕੇਵਲ ਨੌਕਰੀ ਨਹੀਂ ਦਿੱਤੀ ਬਹੁਤ ਵੱਡਾ ਰੁਤਬਾ ਦਿੱਤਾ ਹੈ ਪਈ ਸਾਡੀ ਫੌਜਾਂ ਨੂੰ ਤੁਸੀਂ ਉਹ ਟ੍ਰੇਨਿੰਗ ਦਿਓ ਜਿਵੇਂ ਉਹਦਰ ਲੋਕ ਫੌਜ ਨੂੰ ਟ੍ਰੇਨਿੰਗ ਦੇਦੇ ਸੀ ਬਾਹਰੋਂ ਤੋ ਖੈਰ ਮੇਰੇ ਕਹਿਨ ਤੁਮਰਾ ਬੜਬੜੇ ਵਟੇ ਰਤਬੇ ਦਿੱਤੇ ਜਾਂਦੇ ਨੇ ਕਦੇ ਕਿਸੇ ਦੇ ਅੰਦਰ ਇਹ ਨਹੀਂ ਆਉਣ ਦਿੱਤਾ ਕਿ ਤੇਰਾ ਰੰਗ ਖੋਰ ਤੈਨੂੰ ਥੋੜਾ ਪਿੱਛੇ ਰੱਖਣਾ ਐ ਇਸ ਰੰਗਦਿਆਂ ਨੂੰ ਅੱਗੇ ਕਰਨਾ ਗੁਣ ਵੇਖੇ ਜਾਂਦੇ ਨੇ ਜਿਹਦੇ ਕੋਲ ਜਿਹੜਾ ਗੁਣ ਜਿਹੜੀ ਲਿਆਕਤ ਉੱਛੇ ਲਿਆਕ ਕੇ ਉਹਨਾਂ ਨੂੰ ਅਦਬ ਤੇ ਸਤਕਾਰ ਦਿੱਤਾ ਜਾਂਦਾ ਹੈ ਤੂੰ ਮੇਰੇ ਕਹਿਨ ਤੁਮਰਾ ਇਹ 4-5 ਦਿਨਾਂ ਵਿੱਚ ਮੈਂ ਇੱਕੋ ਬੇਨਤੀ ਕਰ ਰਿਹਾ ਵਾਂ ਸਾਡਾ ਵਿਰਸਾ ਪ੍ਰੇਮ ਕਰਨ ਦਾ ਸਾਨੂੰ ਸਤਿਗੁਰੂ ਨੇ ਪ੍ਰੇਮ ਕਰਨਾ ਸਿਖਾਇਆ ਮਹਾਰਾਜ ਜੀ ਦੀ ਕਿਰਪਾ ਨਾਲ ਸਮੁੱਚੇ ਰੂਪ ਅੰਦਰ ਦੁਨੀਆ ਕੋਲ ਅੱਜ ਵੀ ਇਹ ਆਵਾਜ਼ جاری ਏ ਤੇ ਸਾਡੇ ਕੋਲ ਮੌਕਾ ਇੱਕ ਹੋਰ ਨਿਰੰਕਾਰ ਨੇ ਦਿੱਤਾ ਜਦੋਂ ਆਹ ਜਿਹੜਾ ਸਮਾਂ ਚੱਲ ਰਿਹਾ ਕਰੋਨਾ ਦਾ ਸਾਰਾ ਜਗਤ ਤਰਾ ਤਰਾ ਕਰਦਾ ਪਿਆ ਏ ਡਰਦਾ ਪਿਆ ਏ ਪਤਾ ਨਹੀਂ ਕਿਧਰੋਂ ਆ ਕੇ ਕਿਸ ਘਰ ਵਿੱਚ ਇਸ ਭਿਆਨਕ ਬਿਮਾਰੀ ਨੇ ਪ੍ਰਵੇਸ਼ ਕਰ ਜਾਣਾ ਏ ਲੋਕਾਂ ਕੁਲ ਕੰਮ ਕਾਰ ਨਾ ਹੋਣ ਕਾਰਨ ਚਿੰਤਾਈ ਪਰਸਾਨੂ ਕੀ ਹੁਕਮ ਹੈ ਐ ਕੋ ਜੀ ਮੌਕੇ ਤੇ ਵੀ ਖੁਦ ਆਪ ਆਪਣੇ ਆਪ ਨੂੰ ਅਡੋਲ ਰੱਖਣਾ ਤੇ ਅਡੋਲ ਕਿਵੇਂ ਰਹਿ ਸਕਦੇ ਆ ਅਡੋਲ ਪਰਮੇਸ਼ਰ ਨਾਲ ਜੁੜ ਕੇ ਗੱਲਾਂ ਨਾਲ ਨਹੀਂ ਅਡੋਲ ਰਹਿ ਸਕਦੇ ਸਹਿਬ ਕਹਿੰਦੇ ਤੂੰ ਮੇਰੂ ਮੇਰ ਪਰਬਤ ਹੈ ਸੁਆਮੀ ਓਟ ਗਈ ਮੈਂ ਤੇਰੇ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਕਰ ਮੇਰੇ ਉਹ ਡੋਲਦਾ ਨਹੀਂ ਪਰਮੇਸ਼ਰ ਉਹਦੇ ਨਾਲ ਜੁੜਾਂਗੇ ਆਪਾਂ ਵੀ ਅਡੋਲ ਖਾਵਾਂਗੇ ਤੇ ਜੇ ਕਬੀਰ ਮਾ ਆ ਡੋਲਣੀ ਪਵਨ ਚ ਕੋਲਣ ਘਾਰ ਜੇ ਮਾਇਆ ਵਿੱਚ ਹੀ ਧਿਆਨ ਹਾਇ ਕੋਰੇ ਕੀ ਬਣੇਗਾ ਖੁਰ ਪਰਿਵਾਰ ਪਲੇਗਾ ਕਿ ਨਹੀਂ ਪਲੇਗਾ ਪਤਾ ਨਹੀਂ ਸਾਡੇ ਘਰ ਵੀ ਇਹ ਆ ਕੇ ਬਿਮਾਰੀ ਨਾ ਦਸਤਕ ਦੇ ਦੇਵੇ ਫਿਰ ਤੇ ਆਪਾਂ ਡੋਲਣਾ ਹੀ ਡੋਲਣਾ ਤੇ ਜੇ ਅਡੋਲ ਪ੍ਰਭੂ ਨਾਲ ਜੁੜ ਕੇ ਰਵਾਂਗੇ ਤੇ ਸਾਡਾ ਅੰਦਰ ਕਵੇਗਾ ਰਜਕ ਦਾਤਾ ਤੇ ਪਰਮੇਸ਼ਾ ਦੇ ਰਜਕ ਵੀ ਉਹਨੇ ਦੇਣਾ ਦੂਜੀ ਕੱਲ ਜੇਕਰ ਇਹ ਬਿਮਾਰੀ ਹੈ ਜੇ ਅਸੀਂ ਕਮਜ਼ੋਰ ਆ ਤੇ ਇਹਨੇ ਵੀ ਸਾਡੇ ਤੇ ਕਮਲਾ ਕਰਨਾ ਤੇ ਜੇ ਅਸੀਂ ਉਸ ਤਾਕਤਾਂ ਦੇਣ ਵਾਲੇ ਸੱਚੇ ਪ੍ਰਮਾਤਮਾ ਦੇ ਨਾਲ ਜੁੜ ਕੇ ਰਵਾਂਗੇ ਤੇ ਪਿਆਰਿਓ ਫਿਰ ਕਿਥੋਂ ਸਾਡੇ ਅੰਦਰ ਹੀ ਬਿਮਾਰੀ ਆ ਗਈ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਏ ਤੱਤੀ ਵਾਉ ਨਾ ਲੱਗ ਗਈ ਪਾਰ ਬ੍ਰह्म ਸ਼ਰਣਾਈ ਚੋ ਗਿਰਦਖ ਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਉਹ ਨਿਰੰਕਾਰ ਦੇ ਪਿਆਰਾਂ ਦੀ ਲਕੀਰ ਆਪਣੇ ਚਾਰਚ ਫੇਰੇ ਮਾਰ ਕੇ ਰੱਖੀਏ ਬਹੁਤ ਸਾਰੇ ਪ੍ਰਾਣੀ ਇਹ ਕੁਝ ਕਰ ਰਹੇ ਨੇ ਜਿਹੜੇ ਬਹੁਤ ਬਾਣੀ ਪੜ ਰਿਖਣ ਸਿਮਰਨ ਕਰ ਰਹੇ ਨੇ ਸਹਿਜ ਪਾਠ ਖੰਡ ਪਾਠ ਆਪਣੇ ਲਈ ਵੀ ਜਦੋਂ ਆਪਾਂ ਦੂਸਰਿਆਂ ਦੇ ਭਲੇ ਲਈ ਕਰਦੇ ਤੇ ਆਪਣਾ ਵੈਸੀ ਵਿੱਚ ਅਸੀਂ ਵੀ ਉਹਨਾਂ ਚ ਏਕਾਂ ਆਪਣਾ ਖੋਏਗਾ ਸਾਬ ਕਹਿੰਦੇ ਜਦੋਂ ਕਿਸੇ ਦੂਜੇ ਲਈ ਭਲਾ ਮੰਗੋਗੇ ਤੇ ਭਲਾ ਕਰੋਗੇ ਸੇਵਾ ਕਰਨੀ ਖੁਦ ਜਾ ਕੇ ਕਰਨੀ ਜਾਂ ਹਾਰੇ ਕਰਨੀ ਲੰਗਰ ਬਣਾ ਕੇ ਕਰਨੀ ਕਿਸੇ ਵੀ ਤਰੀਕੇ ਨਾਲ ਜਦੋਂ ਦੂਜੇ ਦਾ ਅਸੀਂ ਦੁੱਖ ਵੰਡਾਣ ਲਈ ਸੋਚ ਰੱਖਾਂਗੇ ਤੇ ਰੱਬ ਬਹੁਤ ਬਧੇਰੇ ਖੁਸ਼ ਹੁੰਦਾ ਹੈ ਉਹਦੀ ਰਚਨਾ ਨੂੰ ਕੋਈ ਪਿਆਰ ਕਰੇ ਪਿਆਰੋ ਉਹ ਕਿੱਥੇ ਪਹੁੰਚ ਜਾਂਦੀ ਸੁਰਤੀ ਬਿਰਤੀ ਬਹੁਤ ਗਾਂ ਕਦੇ ਨਹੀਂ ਕਹਿਣਾ ਚਾਹੀਦਾ ਸਾਨੂੰ ਕਿ ਬਾਬਾ ਸਾਹਿਬ ਸਿੰਘ ਸਾਹਿਬ ਬੇਦੀਤ ਆਨਾਮ ਤੁਸੀਂ ਸੁਣਿਆ ਕੋਣਾ ਹੈ ਬਾਬਾ ਸਾਹਿਬ ਸਿੰਘ ਬੇਦੀ ਹੋਰਾਂ ਦੀ ਬਿਰਤੀ ਆਖੋ ਜੀ ਬਣ ਗਈ ਭਈ ਦਿਨ ਰਾਤ ਬੰਦਗੀ ਕਰਨੀ ਤੇ ਇਕਾਂਤ ਵਿੱਚ ਰਹਿਣਾ ਕੱਲਿਆਂ ਪਰ ਦੁਨੀਆ ਵਿੱਚ ਨਹੀਂ ਵਿਚਰਨਾ ਇਕਾਂਤ ਵਿੱਚ ਹੈ ਕਿਧਰੇ ਵੀ ਰਹਿਣਾ ਚਾਹ ਪਹਾੜਾਂ ਵਿੱਚ ਬੈਠੀਏ ਜਾਂ ਕੱਲੇ ਕਿਧਰੇ ਬੈਠੀਏ ਇੱਕ ਦਿਨ ਬੈਠੇ ਸਨ ਫੈਸਲਾ ਵੀ ਹੋ ਗਿਆ ਜਦੋਂ ਕੱਲੇ ਹੋਏ ਅਚਾਨਕ ਹੀ ਕੋਈ ਦੁਖੀ ਪਰਿਵਾਰ ਸੀ ਉਹਨਾਂ ਨੇ ਵੇਖ ਲਿਆ ਆ ਕੇ ਬੇਨਤੀ ਕੀਤੀ ਜੀ ਤੁਸੀਂ ਬੰਦਗੀ ਵਾਲੇ ਹੋ ਸਾਨੂੰ ਆ ਬਹੁਤ ਭਾਰੀ ਦੁੱਖ ਆ ਗਿਆ ਏ ਸਾਡੇ ਤੇ ਵੀ ਕਿਰਪਾ ਕਰੋ ਕਹਿਣ ਲੱਗੇ ਉਹਨਾਂ ਦੇ ਅੰਦਰੋਂ ਆਵਾਜ਼ ਨਿਕਲੀ ਜਿੱਥੇ ਅਰਦਾਸ ਕੀਤੀ ਕੁਝ ਪ੍ਰੈਕਟੀਕਲ ਜਾਂ ਕਿ ਉਹਨਾਂ ਨੂੰ ਮਦਦ ਹੀ ਲੋੜ ਸੀ ਉਹਨਾਂ ਦਾ ਦੁੱਖ ਵੰਡਾਇਆ ਵੰਡਾਣ ਤੋਂ ਬਾਅਦ ਜਦੋਂ ਫਿਰ ਧਿਆਨ ਜੋੜ ਕੇ ਬੈਠੇ ਨਾ ਜਿਹੜੀ ਸੁਰਤੀ ਆ ਕੇ ਡਗਮਗਾਨਦੀ ਸੀ ਇੱਕਦਮ ਅਡੋਲ ਹੋ ਗਈ ਕਹਿਣ ਲੱਗੇ ਕਮਾਲ ਏ ਕਿਸੇ ਦਾ ਦੁੱਖ ਦੂਰ ਕਰਨ ਤੋਂ ਬਾਅਦ ਸੁਰਤੀ ਕਿੰਨੀ ਉੱਪਰ ਚਲੀ ਗਈ ਅੰਦਰ ਰੱਬ ਦੇ ਨੇੜੇ ਫੈਸਲਾ ਕਰ ਲਿਆ ਕਿ ਕੱਲਿਆਂ ਬੈਠ ਕੇ ਨਹੀਂ ਬੰਦਗੀ ਕਰਦੇ ਆ ਰੱਬ ਦੇ ਜੀਵਾਂ ਦੀ ਜਦੋਂ ਸੇਵਾ ਕਰਾਂਗੇ ਤੇ ਸਾਨੂੰ ਬ੍ਰह्म ਗਿਆਨਤਾ ਅਵਸ਼ ਮਿਲੇਗੀ ਮਿਲੇਗੀ ਰੱਬ ਖੁਸ਼ ਹੋ ਕੇ ਆਪਣੇ ਕੋਲੋਂ ਕਿੰਨਾ ਨਾਮ ਧੰ ਦਾ ਖਜ਼ਾਨਾ ਝੋਲੀ ਪਾ ਦਿੰਦਾ ਹੈ ਤੋ ਆਓ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਮਿਹਰਾਂ ਕਰਨ ਅਸੀਂ ਆਖੋ ਦੇ ਸਮੇ ਤੇ ਅਡੋਲ ਹੀ ਰਹੀਏ ਸਬਨਾਂ ਦਾ ਪਲਾ ਮੰਗਿਏ ਵੀ ਸਬਨਾਂ ਦਾ ਪਲਾ ਕਰੀਏ ਵੀ ਤੇ ਪਿਆਰੂ ਕਰਦੇ ਆ ਕਰਦੇ ਆ ਆਪਣਾ ਅੰਦਰ ਵੇਖੋ ਕਿੰਨਾ ਸਤਿਗੁਰੂ ਖੁਸ਼ੀਆਂ ਤੇ ਖੇੜਿਆਂ ਨਾਲ ਪਰਦਾ ਏ ਕਿਵੇਂ ਉਹ ਅੰਦਰੋਂ ਭਾਗ ਲਗਾਉਂਦਾ ਕਿਵੇਂ ਜਦੋਂ ਸਾਡੇ ਤੋਂ ਪਿਆਰ ਮਿਲੇਗਾ ਸਿੱਖੀ ਦਾ ਪ੍ਰਚਾਰ ਗੱਲਾਂ ਨਾਲ ਨਹੀਂ ਇਹ ਜੀਵਨ ਨਾਲ ਹੀ ਕੋਣ ਆਏ ਅੱਜ ਤੋਂ ਜਦੋਂ ਕੁਝ ਸਾਲ ਪਹਿਲਾਂ ਮਹਾਂਪੁਰਖਾਂ ਦੇ ਬਚਨ ਸੁਣਦੇ ਸਾਂ ਵੀ 25 ਸਾਲਾਂ ਤੱਕ ਪੂਰੀ ਦੁਨੀਆ ਤੇ ਗੁਰੂ ਨਾਨਕ ਸਾਹਿਬ ਦਾ ਰਾਜ ਖੋਏਗਾ ਤੇ ਸੋਚੀਦਾ ਸੀ ਉਹ ਕਿਵੇਂ ਦਾ ਰਾਜ ਆਪਾਂ ਸੋਚਦੇ ਆਂ ਵੀ ਰਾਜ ਦਾ ਮਤਲਬ ਇੱਕ ਦੇਸ਼ ਦੇ ਮਾਲਕ ਬਣ ਜਾਣਾ ਨਹੀਂ ਗੁਰੂ ਨਾਨਕ ਸਾਹਿਬ ਦਾ ਰਾਜ ਗੁਰੂ ਨਾਨਕ ਸਾਹਿਬ ਸਾਰੀ ਸ੍ਰਿਸ਼ਟੀ ਦੇ ਨੇ ਹੁਣ ਵੇਖਦੇ ਹੋ ਨਾ ਇਹਨਾਂ ਸਾਲਾਂ ਦੇ ਅੰਦਰ ਕਿਵੇਂ ਕੋਈ ਨਾ ਕੋਈ ਘਟਨਾਵਾਂ ਘਟਦੀਆਂ ਨੇ ਕਦੇ ਚੰਗੀਆਂ ਕਦੇ ਮਾੜੀਆਂ ਦੋਨੋਂ ਤਰੀਕੇ ਦੀਆਂ ਉੱਚੀ ਸਤਿਗੁਰੂ ਜੀ ਕੋਈ ਨਾ ਕੋਈ ਆਖੋ ਜਾਂ ਟੰਗ ਵਰਤਦੇ ਨੇ ਕੁਲ ਦੁਨੀਆ ਦੀ ਜ਼ੁਬਾਨ ਤੋਂ ਗੁਰੂ ਕੀ ਸਿੱਖੀ ਦੀ ਮਹਿਮਾ ਕੋ ਹੁੰਦੀ ਏ ਭਾਵੇਂ ਅਮਰੀਕਾ ਵਿੱਚ ਪਿਛਲੇ ਜਦੋਂ ਚੋਣਾ ਖੋਣੀਆਂ ਸਾਂ ਤੇ ਕਮਾਲ ਉਥੇ ਵੱਡੀ ਰਿਪਬਲਿਕ ਦੀ ਰੈਲੀ ਦੇ ਅੰਦਰ ਪਿਆਰਿਓ ਬਕਾਇਦਾ ਅਰਦਾਸ ਕੀਤੀ ਗਈ ਧੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਅੰਦਰ ਤੇ ਅਰਦਾਸ ਕਰਕੇ ਭਲਾ ਮੰਗਿਆ ਗਿਆ ਸਾਧ ਸੰਗਤ ਤਹਿਣਾ ਪਿਆ ਪਈ ਇਹ ਕਿ ਖੋਜੇ ਲੋਕ ਨੇ ਜਦੋਂ ਕਰੋਨਾ ਵਿੱਚ ਸੇਵਾ ਸ਼ੁਰੂ ਕੀਤੀ ਅਮਰੀਕਾ ਵਾਲਿਆਂ ਨੇ ਵੀ ਬਿਆਨ ਦਿੱਤੇ ਇੰਡੀਆ ਮੋਤੀ ਵਰਿਆਂ ਨੇ ਵੀ ਬਿਆਨ ਇਹਨੇ ਪਏ ਵੀ ਜਿਵੇਂ ਸਿੱਖ ਗੁਰਦੁਆਰਿਆਂ ਵਿੱਚੋਂ ਲੰਗਰ ਚਲਾ ਰਹੇ ਨੇ ਲੋਕਾਂ ਦਾ ਭਲਾ ਕਰ ਰਹੇ ਨੇ ਸਾਡਾ ਸਿਰ ਝੁੱਕਦਾ ਇਹ ਕਿੰਨੂੰ ਸਿਰ ਝੁੱਕਦਾ ਧੰਨ ਗੁਰੂ ਨਾਨਕ ਸਾਹਿਬ ਦੇ ਪਿਆਰ ਕਰਨ ਵਾਲੇ ਸਿਧਾਂਤ ਨੂੰ ਪਿਆਰਿਓ ਕਿ ਕਿਹੜੇ ਮੁਲਕਾਂ ਦੇ ਅੰਦਰ ਅਖੰਡ ਪਾਠ ਹੋ ਰਹੇ ਨੇ ਪਾਰਲੀਮੈਂਟਾਂ ਦੇ ਵਿੱਚ ਇਹ ਕੋਈ ਨਾ ਕੋਈ ਸਬਬ ਬਣਦੇ ਨੇ ਰਵੀ ਸਿੰਘ ਵਰਕਿਆ ਨੇ ਜਦੋਂ ਜਾਗ ਕੇ ਸੇਵਾ ਕੀਤੀ ਹੈ ਇੰਗਲੈਂਡ ਤੋਂ ਨਾਲ ਹੋਰ ਗੁਰਸਿੱਖਾਂ ਨੂੰ ਲੈ ਕੇ ਐਖੋਜੇ ਖਲਾਤਾਂ ਵਿੱਚ ਜਿੱਥੇ ਬੰਦਾ ਜਾਨ ਨੂੰ ਡਰਦਾ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਲੰਗਰ ਛਕਾਣਾ ਤੇ ਉਹਨਾਂ ਦੀ ਮੁੱਢਲੀ ਲੋੜਾਂ ਪੂਰੀਆਂ ਕਰਨੀਆਂ ਉਹਨਾਂ ਲੋਕਾਂ ਨੂੰ ਕਿੱਥੋਂ ਪਤਾ ਲੱਗਣਾ ਸੀ ਸਿੱਖੀ ਕੀ ਉੱਥੇ ਸਿੱਖੀ ਦੀ ਗੁਰੂ ਨਾਨਕ ਸਾਹਿਬ ਦੀ ਆਵਾਜ਼ ਆ ਰਹੀਏ ਦਿਲਾਂ ਤੇ ਰਾਜ ਖੋਏਗਾ ਗੁਰੂ ਨਾਨਕ ਸਾਹਿਬ ਜੀ ਦੇ ਕਰਤਾ ਤੇ ਸਿੱਖੇ ਦਾ ਦਿਲੋਂ ਪਿਆਰ ਕਰਨਗੇ ਕਿਉਂਕਿ ਸਾਨੂੰ ਗੁਰੂ ਨੇ ਦਿਲ ਚ ਵਸਣਾ ਸਿਖਾਇਆ ਦਿਲੋਂ ਮੁਹੱਬਤ ਕਰਨੀ ਸਿਖਾਈ ਤੋ ਕਿ ਦਿਲ ਵਿੱਚ ਉਹ ਸਾਈਂ ਆਪ ਬੈਠਾ ਹੈ ਆਓ ਆਪਾਂ ਕੰਬਲਾ ਮਾਰੀਏ ਖੋਰ ਵਦੇੜੇ ਛੜੀਏ ਸ਼ਰਾਬਾਂ ਤੇ ਮਾਤ ਛੜੀਏ ਇਹ ਕੈਂਚੀਆਂ ਦੇ ਫੈਸ਼ਨ ਅਸੀਂ ਦੁਨੀਆ ਨਾਲ ਰਲਣਾ ਚਾਹਨੇ ਆਂ ਸਾਡੇ ਸਿਧਾਂਤ ਇੰਨੇ ਪਿਆਰੇ ਨੇ ਦੁਨੀਆ ਨੂੰ ਆਪਣੇ ਉੱਚੇ ਸਿਧਾਂਤਾਂ ਨਾਲ ਰਲਾਓ ਉਹਨਾਂ ਨੂੰ ਉੱਚੇ ਖਿਆਲ ਉੱਚਾ اخلاق ਦਿਓ ਇਹ ਤਾਂ ਬੜੀਆਂ ਨੀਵੀਆਂ ਗੱਲਾਂ ਨੇ ਪਰ ਜਿਸ ਫੈਸ਼ਨ ਵਿੱਚ ਅਸੀਂ ਰੁੜਦੇ ਰੁੜਦੇ ਇੰਨੇ ਰੁੜਦੇ ਜਾ ਰਹੇ ਹਾਂ ਕਿ ਸਿੱਖੀ ਤੋਂ ਦੂਰ ਸਮਝਦੇ ਹਾਂ ਕਿ ਇਹ ਐਡਵਾਂਸ ਗੱਲਾਂ ਨੇ ਪੁਰਾਣੀਆਂ ਸੀ ਕੀ ਮਨੁੱਖਤਾ ਨੂੰ ਪਿਆਰ ਕਰਨਾ ਕਦੇ ਪੁਰਾਣਾ ਹੋਏਗਾ ਜਦੋਂ ਮਨੁੱਖ ਇੱਕ ਦੂਸਰੇ ਬੰਦੇ ਨੂੰ ਚਾਹ ਦਾ ਕੱਪ ਨਹੀਂ ਪਿਲਾਉਂਦਾ ਤੇ ਤੁਸੀਂ ਉਹਨਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਸਾਲਾਂ ਬੱਧੀ ਰੋਟੀ ਦਾ ਪ੍ਰਬੰਧ ਕਰਦੇ ਹੋ ਐ ਐਡਵਾਂਸ ਸਿੱਖੀ ਵਾਲੇ ਖੋਏ ਕੇ ਲੋਕ ਹੋਏ ਪਿਆਰਿਓ ਸਾਨੂੰ ਆਪਣੇ ਘਰ ਦੀ ਕੀਮਤ ਦਾ ਹੀ ਨਹੀਂ ਪਤਾ ਅਸੀਂ ਸਾਨੂੰ ਮਹਾਰਾਜ ਨੇ ਸੁਮੇਰ ਪर्वत ਚਿੱਡੀ ਪਹਾੜ ਜਿਹੜੀਆਂ ਤਾਕਤਾਂ ਦਿੱਤੀਆਂ ਅਸੀਂ ਨਿੱਕਲੇ ਜਿਹੜੇ ਤੀਲੇ ਚਮਕਦੇ ਨੇ ਉਹਨਾਂ ਦਾ ਸਹਾਰਾ ਲੈ ਕੇ ਉਹਨਾਂ ਵਰਗੀਆਂ ਸ਼ਕਲਾਂ ਮਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਵਰਗੂ ਆਪਣੀ ਭਾਸ਼ਾ ਛੱਡ ਕੇ ਦੂਸਰੀਆ ਪਾਸ਼ਾਵਾਂ ਵਰਤਨ ਲੱਗ ਪਏ ਉਹ ਖੁਆ ਖਾਈ ਕਰਦੇ ਅਸੀਂ ਵੀ ਉਹ ਕੁਝ ਕਰਦੇ ਪਏ ਆ ਸਵਾਰਥੀ ਜੇ ਬਣੀ ਇੰਨੇ ਸਾਨੂੰ ਤਾਂ ਹਰ ਰੋਜ਼ ਜਦੋਂ ਜ਼ੁਬਾਨ ਤੋਂ ਕਹਿੰਨੇ ਆ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤਾ ਪਲਾ ਸਾਡੇ ਸਿਧਾਂਤ ਉੱਚੇ ਜੇ ਇੱਕ ਨੂੰ ਪਿਆਰ ਕਰਨਾ ਪਰ ਸਭਨਾ ਵਿੱਚੋਂ ਵੇਖ ਕੇ ਨਫ਼ਰਤ ਨਾ ਕਰਨੀ ਕਿਸੇ ਨੂੰ ਜਾਤ ਰੰਗ ਰੂਪ ਵੇਖ ਕੇ ਪਿਆਰੋ ਇਹਦੇ ਵਰਗਾ ਉੱਚਾ ਸਿਧਾਂਤ ਕਿਹਦੇ ਕੋਲ ਹੋਏਗਾ ਤੇ ਸਤਿਗੁਰੂ ਸਾਨੂੰ ਇਹ ਕੁਝ ਕਰਦਿਆਂ ਅਗਵਾਈ ਕਰਦੇ ਨੇ ਖੂਨ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਜਉਂਦੇ ਜਾਗਦੇ ਸਤਿਗੁਰੂ ਜੀ ਨੇ ਇਹ ਨਹੀਂ ਪਿਕ ਸਿਧਾਂਤ ਲਿਖ ਕੇ ਸਤਿਗੁਰੂ ਚਲੇ ਗਏ ਉਹਨਾਂ ਵਿੱਚ ਆਪ ਪਰਮੇਸ਼ਰ ਬਾਣੀ ਨਿਰੰਕਾਰ ਕਹ ਤਿਸ ਜੇਵੜ ਅਵਰ ਨ ਕੋਏ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪਿਆਰਿਓ ਉਹਨਾਂ ਦੀ ਅਗਵਾਈ ਵਿੱਚ ਤੁਰਾਂਗੇ ਖੁਦ ਵੀ ਸੁਖੀ ਹੋਵਾਂਗੇ ਸਾਡੇ ਤੋਂ ਜਗਤ ਨੂੰ ਸੁਖ ਮਿਲੇਗਾ ਤੇ ਆਪਾਂ ਵੇਖਾਂਗੇ ਕਿਵੇਂ ਗੁਰਸਿੱਖੀ ਦੀ ਠੰਡੀ ਮਿਠੜੀ ਹਵਾ ਠੰਡੀ ਮਿਠੜੀ ਖੁਸ਼ਬੂ ਇਹਨਾਂ ਦੇ ਪਿਆਰ ਦੀਆਂ ਝਲਕਾਂ ਕਿਵੇਂ ਜਗਤ ਕੋਲ ਜਾਣੀਆਂ ਸਤਿਗੁਰੂ ਦੀ ਮਿਹਰਾਂ ਕਰਨ ਸੱਚੇ ਪਾਤਸ਼ਾਹ ਜੀ ਅਸੀਂ ਘਟ ਘਟ ਮੈਂ ਘਰ ਜੂ ਬਸੈ ਸੰਤਨ ਕਯੋ ਪੁਕਾਰ ਅਸੀਂ ਵੀ ਵੇਖੀ ਘਟ ਘਟ ਦੇ ਅੰਦਰ ਤੇ ਇਹ ਜੋ ਬਚਨ ਨੇ ਸਭਨਾ ਕੀ ਤੂੰ ਆਸ ਕਹਿ ਮੇਰੇ ਪਿਆਰੇ ਸਭ ਤੁਝੇ ਧਾਮ ਮੇਰੇ ਸ਼ਾ ਜਿਉਂ ਪਾਵੈ ਤਉ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾ ਸਾਡੇ ਅੰਦਰੋਂ ਨਿਕਲੇ ਸਦਾਈ ਭਈ ਸਭੇ ਸਾਂਝੀ ਵਾਲ ਸੁਲਾਈਨ ਤੂੰ ਕਿਸੇ ਨਾ ਦਿਸੈ ਬਾਹਰਾ ਜਿਉ ਇਨੇ ਬਚਨ ਪ੍ਰਵਾਨ ਕਰਨੇ ਭੁੱਲ ਚੁੱਕ ਦੀ ਖਿਮਾ ਕਰਨੀ ਫਤਹਿ ਬਲਾਉ ਜੀ ਵਾਜ ਗੁਰਜੀਕਾ ਕਾਲ ਸਾ ਵਾਹ ਅਰਜੀਤ ਕੀ ਫਤਿਹ